ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੱਲ ਜਾਇਦਾਦ 17 ਸਾਲਾਂ ਵਿੱਚ 25 ਗੁਣਾ ਵਧੀ ਹੈ ਅਤੇ ਬੈਂਕ ਬੈਲੈਂਸ 33 ਗੁਣਾ ਵਧਿਆ ਹੈ। ਵਾਰਾਣਸੀ ਲੋਕ ਸਭਾ ਹਲਕੇ ਤੋਂ ਤੀਜੀ ਵਾਰ ਨਾਮਜ਼ਦਗੀ ਭਰੇ ਗਏ ਹਲਫ਼ਨਾਮੇ ਵਿੱਚ ਇਸ ਦਾ ਖੁਲਾਸਾ ਹੋਇਆ ਹੈ। 13 ਸਾਲਾਂ ਵਿੱਚ ਗੁਜਰਾਤ ਦੇ ਮੁੱਖ ਮੰਤਰੀ, 10 ਸਾਲ ਪ੍ਰਧਾਨ ਮੰਤਰੀ ਰਹੇ। ਨਰਿੰਦਰ ਮੋਦੀ ਕੋਲ ਨਾ ਤਾਂ ਆਪਣਾ ਕੋਈ ਘਰ ਹੈ ਅਤੇ ਨਾ ਹੀ ਆਪਣੀ ਕੋਈ ਕਾਰ ਹੈ। ਨਰਿੰਦਰ ਮੋਦੀ ਨੇ 2002 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਸੀ। ਇਸ ਤੋਂ ਬਾਅਦ ਉਹ 2007 ਅਤੇ 2012 ਵਿੱਚ ਮਨੀਨਗਰ ਤੋਂ ਵਿਧਾਨ ਸਭਾ ਚੋਣ ਜਿੱਤੇ। ਫਿਰ 2014 ਅਤੇ 2019 ਵਿੱਚ ਵਾਰਾਣਸੀ ਦੇ ਲੋਕ ਸਭਾ ਚੋਣ ਜਿੱਤੀ। ਪਿਛਲੇ 15 ਸਾਲਾਂ ਤੋਂ ਸੋਨਾ ਵੀ ਨਹੀਂ ਖਰੀਦਿਆ। ਹਾਲਾਂਕਿ ਪਿਛਲੇ 5 ਸਾਲਾਂ ਵਿੱਚ PM ਮੋਦੀ ਦੀ ਸੰਪਤੀ ਵਿੱਚ 27 ਲੱਖ ਰੁਪਏ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਮਾਈ ਵਿੱਤੀ ਸਾਲ 2018-19 ਦੇ ਮੁਕਾਬਲੇ 2022-23 ਵਿੱਚ ਦੁੱਗਣੀ ਹੋ ਗਈ ਹੈ। 2018-19 ਵਿੱਚ PM ਮੋਦੀ ਨੇ ਆਪਣੀ ਆਮਦਨ 11 ਤੋਂ 14 ਲੱਖ ਰੁਪਏ ਤੱਕ ਦੱਸੀ ਸੀ, ਜਦੋਂ ਕਿ ਪਿਛਲੇ ਵਿੱਤੀ ਸਾਲ ਵਿੱਚ ਉਹਨਾਂ ਦੀ ਆਮਦਨ 23 ਲੱਖ ਰੁਪਏ ਸੀ। ਉਹਨਾਂ ਦੀ ਆਮਦਨ 2019-20 ਵਿੱਚ 17 ਲੱਖ ਰੁਪਏ 21 ਹਜ਼ਾਰ ਰੁਪਏ ਸੀ, 2020-21 ਵਿੱਚ 17 ਲੱਖ 8 ਹਜ਼ਾਰ ਰੁਪਏ ਸੀ, 2021-22 ਵਿੱਚ 15 ਲੱਖ ਰੁਪਏ ਸੀ। ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵੱਲੋਂ ਮਿਲਣ ਵਾਲੀ ਤਨਖਾਹ ਅਤੇ ਬੈਂਕ ਵਿਆਜ ਨੂੰ ਆਪਣੀ ਆਮਦਨ ਦਾ ਸਰੋਤ ਦੱਸਿਆ ਹੈ। PM ਮੋਦੀ ਨੇ ਵਿੱਤੀ ਸਾਲ 2023-24 ਵਿੱਚ 3 ਲੱਖ ਰੁਪਏ 33,179 ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਸੀ। ਨਰਿੰਦਰ ਮੋਦੀ ਕੋਲ ਕਿਸੇ ਕਿਸਮ ਦਾ ਕੋਈ ਵੀ ਹਥਿਆਰ ਨਹੀਂ ਹੈ, ਉਹਨਾਂ ਖਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਪ੍ਰਧਾਨ ਮੰਤਰੀ ਨੇ 15 ਸਾਲਾਂ ਤੋਂ ਇੱਕ ਗਹਿਣਾ ਵੀ ਨਹੀਂ ਖਰੀਦਿਆ। ਮੋਦੀ ਕੋਲ ਸਿਰਫ 4 ਅੰਗੂਠੀਆਂ ਹਨ। ਵਿੱਤੀ ਨਿਵੇਸ਼ ਦੀ ਗੱਲ ਕਰੀਏ ਤਾਂ PM ਮੋਦੀ ਨੇ ਬਾਂਡ, ਸ਼ੇਅਰ ਜਾਂ ਮਿਊਚੁਅਲ ਫੰਡ ਵਿੱਚ ਕੋਈ ਵੀ ਨਿਵੇਸ਼ ਨਹੀਂ ਕੀਤਾ ਹੈ। ਪ੍ਰਧਾਨ ਮੰਤਰੀ ਕੋਲ ਡਾਕਖਾਨੇ ਦੀ ਨੈਸ਼ਨਲ ਸੇਵਿੰਗ ਸਰਟੀਫਿਕੇਟ ਵਿੱਚ 9 ਲੱਖ ਰੁਪਏ ਹਨ। ਪ੍ਰਧਾਨ ਮੰਤਰੀ ਨੇ ਆਪਣੀ ਆਮਦਨ ਦਾ ਸਰੋਤ ਸਰਕਾਰੀ ਤਨਖਾਹ ਅਤੇ ਬੈਂਕ ਵਿਆਜ ਤੋਂ ਪ੍ਰਾਪਤ ਪੈਸਾ ਦੱਸਿਆ ਹੈ।